ਬਦਤਰ ਤੋਂ ਬਦਤਰ ਲੁਧਿਆਣੇ ਦੇ ਵਿੱਚ ਕੋਈ ਫੂਡ ਸੇਫਟੀ ਵਾਲਾ ਕੋਈ ਤੁਹਾਨੂੰ ਨਜ਼ਰ ਨਹੀਂ ਆਵੇਗਾ। ਕੁੰਭਕਰਨ ਨਹੀਂ ਸਾਰੇ ਸੁੱਤੇ, ਜਿੰਨੇ ਵੀ ਤੁਸੀਂ ਦਰਸ਼ਕਾਂ ਨਾਲ ਨਿਊਜ਼ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇੱਕ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅਸੀਂ ਲਗਾਤਾਰ ਤੁਹਾਨੂੰ ਵੱਖ ਵੱਖ ਵਿਸ਼ਿਆਂ 'ਤੇ ਗੱਲ ਕਰ ਸਕੀਏ। ਔਰ ਅੱਜ ਆਪਾਂ ਪ੍ਰਵਾਸੀ ਰੇਹੜੀ ਵਾਲਿਆਂ ਦੇ ਨਾਲ ਆਪਾਂ ਕਰ ਰਹੇ ਹਾਂ ਗੱਲ, ਕਿਉਂਕਿ ਪ੍ਰਵਾਸੀ ਰੇਹੜੀ ਲਗਾਤਾਰ ਗੰਦ ਖਵਾ ਰਹੀ ਸੀ ਅਤੇ ਆਪਣੀ ਲਗਾਤਾਰ ਕੋਸ਼ਿਸ਼ ਹੈ ਕਿ ਪੂਰਾ ਪੰਜਾਬ ਕਵਰ ਕੀਤਾ ਜਾਵੇ। ਲੁਧਿਆਣੇ ਦੀਆਂ ਤਸਵੀਰਾਂ ਨੇ ਔਰ ਲੁਧਿਆਣਾ ਪੂਰਾ ਪ੍ਰਵਾਸੀ ਰੇਹੜੀ ਵਾਲਿਆਂ ਦਾ ਕਹਿ ਸਕਦੇ ਹਾਂ ਬਹੀਆਂ ਦਾ ਗੜ ਬਣ ਚੁੱਕਿਆ ਕਿ ਪੰਜਾਬੀਆਂ ਦਾ ਇੱਥੇ ਕੰਮ ਹੀ ਹੈਣੀ, ਕਿਹੜੇ ਕੰਮ 'ਚ ਦੇਖੋਗੇ ਇਹੀ ਹੋਣਗੇ। ਔਰ ਪੂਰੀ ਤਰ੍ਹਾਂ ਗੰਦ ਪਰੋਸ ਰਿਹਾ ਅਤੇ ਸਾਹਮਣੇ ਤਸਵੀਰ ਦੇਖ ਲਓ, ਇਹ ਬਾਈ ਜੀ ਦੀ ਛੋਲੇ ਭਟੂਰੇ ਵੇਚਦਾ ਬਾਈ ਆਹ ਦੇ ਅੱਗੇ ਤਸਵੀਰ ਦੇਖ ਲਓ, ਆਹ ਪਿਆ ਵਾ ਇਹਦਾ ਕੋਈ ਪੂੜੀ ਉਹਦੇ ਰੱਖੀ ਹੋਈ ਹੈ ਕਿ ਆਹ ਕਰਕੇ ਦਿਖਾ ਦਿੰਦੇ ਹਾਂ ਕਿ ਪੂੜੀ ਦੇਖ ਲਓ ਉਹਦੇ ਪਈ ਆ, ਕੋਈ ਇਹਨੇ ਕੋਈ ਢੱਕਿਆ ਨਹੀਂ ਹੋਇਆ ਤੇਲ ਨਹੀਂ, ਸਾਹਮਣੇ ਬਰਤਨ ਧੋਂਦਾ ਨਾਲ ਹੀ। ਅਤੇ ਪਾਣੀ ਦੀ ਤਸਵੀਰ ਉਹ ਹੀ ਹੁੰਦੀ ਜਿੱਦਾਂ ਮੈਂ ਲਗਾਤਾਰ ਦਿਖਾਉਂਦਾ ਕਿ ਥੋੜ੍ਹਾ ਜਿਹਾ ਪਾਣੀ ਹੁੰਦਾ ਸਾਰਾ ਦਿਨ, ਉਸੇ ਦੇ ਵਿੱਚ ਬਰਤਨ ਧੋਂਦੇ ਆ, ਕੋਈ ਸਫਾਈ ਨਹੀਂ ਉੱਥੇ, ਹੱਥ ਮੂੰਹ ਜੂਠ ਜੋ ਵੀ ਦਿਲ ਕਰਦਾ ਸਾਰਾ ਦਿਨ ਉਹ ਹੀ ਕਰਦੇ ਆ। ਤਾਂ ਇਹ ਤਸਵੀਰਾਂ ਨੇ ਲੁਧਿਆਣੇ ਸ਼ਹਿਰ ਦੀਆਂ। ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ, ਇੱਥੇ ਬਾਈ ਜੀ ਖੜ੍ਹੇ ਆ। ਬਾਈ ਜੀ ਕੀ ਹਾਲ ਆ? ਕਿਹੜਾ ਕੰਮ? ਹਾਂਜੀ ਕੰਮ ਤੁਹਾਡਾ ਹੀ ਆ? ਕੰਮ ਆਪ ਕਹੀ ਅਜੇ ਵਾਲਾ ਨਹੀਂ, ਕਿਸ ਕਾ ਕੰਮ? ਦੂਸਰਾ ਕਾ ਉਧਰ ਬਾਈ ਕਾ? ਮੈਂ ਗਾਹਕ ਹੂੰ। ਅੱਛਾ ਤੂੰ ਗਾਹਕ ਹੋ, ਠੀਕ ਹੈ, ਤੇਰਾ ਕੰਮ ਹੈ ਬਾਈ? ਹੋਰ ਬਾਈ ਜੀ ਕੀ ਹਾਲ ਆ? ਆਪ ਕਾ ਕੰਮ ਹੈ ਜੀ? ਅੱਛਾ ਹੋਰ ਠੀਕ ਠਾਕ ਹੈ? ਹਾਂਜੀ ਅੰਕਲ ਜੀ। ਇੱਧਰ ਆ ਜਾ ਮਾੜਾ ਜਿਹਾ, ਕਹਾਂ ਕੇ ਰਹਿਣ ਵਾਲੇ ਹੋ ਆਪ? ਬਿਹਾਰ ਕਾ। ਬਿਹਾਰ ਕਾ, ਫਿਰ ਜੇ ਸਫਾਈ ਵਗੈਰਾ ਕਿਉਂ ਨਹੀਂ ਰੱਖਤਾ, ਕਿਆ ਕਾਰਨ ਹੈ ਆਪਕਾ? ਸਫਾਈ ਤਾਂ ਰੱਖੀ ਰਹੇ ਸਰ। ਹਾਂ ਦੇਖੋ ਜੀ, ਆਪ ਕੀ ਮਿਰਚੀ ਪੜੀ ਹੈ, ਕੈਸੇ ਗਲੀ ਸੜੀ ਹੋਈ ਪਈ ਹੈ ਜੀ, ਅੱਛਾ ਲੱਗਦਾ ਹੈ ਜੇ ਦੇਖੋ ਕੈਸੇ ਹੈ, ਕਿਸਮਤ ਤੋਂ ਜਾਨ ਵੀ ਨਹੀਂ ਮਰੀ ਹੋਈ ਲਾ ਕਹਿ ਸਕਦੇ ਮਿਰਚੀ ਜੀ। ਦੇਖ ਯਾਰ ਜੇ ਤੋ ਮਾੜੀ ਬਾਤ ਹੈ ਨਾ, ਆਪ ਪੈਸੇ ਲੈਤੇ ਹੋ ਨਾ ਤੇ ਫਿਰ ਅੱਛੀ ਜੀ ਖਵਾਣੀ ਚਾਹੀਏ ਕਿ ਨਹੀਂ ਖਵਾਣੀ ਚਾਹੀਏ ਬੋਲ? ਰੇੜੀ ਬਰੇ ਯਾਰ, ਆਪਕਾ ਰੇੜੀ ਹੈ, ਆਪਕਾ ਰੇੜੀ ਹੈ, ਆਪ 30 ਕਾ ਵੇਚੋ 40 ਕਾ, ਸਫਾਈ ਜ਼ਰੂਰੀ ਹੈ ਕਿ ਨਹੀਂ? ਸਹੀ ਬਾਤ ਹੈ ਸਰ, ਸਫਾਈ ਹੈ ਯਾਰ। ਇੱਧਰ ਦੇਖੋ, ਆਪਕਾ ਬਰਤਨ ਧੋਤੇ ਹੈ, ਵਹਾਂ ਪਰ ਆਪਕਾ ਆਦਮੀ ਚੂਲੀ ਕਰ ਰਹਾ ਥਾ, ਮੂੰਹ ਧੋ ਰਹਾ ਥਾ, ਉਧਰ ਦੇਖੋ ਕੁੱਤੇ ਨਜ਼ਰ ਆ ਰਹੇ ਹੈ, ਐਸੇ ਅੱਛਾ ਨਹੀਂ ਲੱਗਾ। ਸਫਾਈ ਆਪਕਾ ਰੱਖਣਾ ਚਾਹੀਏ ਕਿ ਨਹੀਂ? ਰੱਖਣਾ ਚਾਹੀਏ। ਤਾਂ ਇਹ ਲੁਧਿਆਣੇ ਦੇ ਹਾਲਾਤ ਨੇ, ਸਫਾਈ ਸਫੂਈ ਤਾਂ ਇੱਦਾਂ ਦੀ ਆ ਕਿ ਉਹ ਤੁਸੀਂ ਦੇਖ ਚੁੱਕੇ ਹੋ। ਇੱਕ ਇੱਧਰ ਕੈਮਰਾ ਮਾਰ ਕੇ ਦਿਖਾ ਦਿੰਦੇ ਹਾਂ, ਉਹ ਕੋਲ ਕੁੱਤਾ ਬੈਠਾ ਵਾ, ਕੋਲ ਆ ਭਾਂਡੇ ਝੂਠੇ ਪੈ ਜਾ। ਸਫਾਈ ਦੇ ਕਿੱਦਾਂ ਦੇ ਹਾਲਾਤ ਆ, ਬਦਤਰ ਤੋਂ ਬਦਤਰ ਲੁਧਿਆਣੇ ਦੇ ਵਿੱਚ ਕੋਈ ਫੂਡ ਸੇਫਟੀ ਵਾਲਾ ਕੋਈ ਤੁਹਾਨੂੰ ਨਜ਼ਰ ਨਹੀਂ ਆਵੇਗਾ। ਕੁੰਭਕਰਨ ਨਹੀਂ ਸਾਰੇ ਸੁੱਤੇ ਪਏ ਆ, ਔਰ ਪੰਜਾਬੀਆਂ ਨੂੰ ਕਹਿ ਸਕਦੇ ਹਾਂ ਕਿ ਬਿਮਾਰ ਕਰਨ ਦੇ ਵਿੱਚ ਲਗਾਤਾਰ ਲੱਗੇ ਹੋਏ ਆ। ਬਾਕੀ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਆ, ਬਾਈ ਜੀ ਕੀ ਕਹਿੰਦਾ ਵਾ, ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਸੁਣ ਲੁਧਿਆਣਾ, ਹਰਦੀਪ ਪੈਂਦਾ ਨਾਲ, ਨਿਊਜ਼ ਲੁਧਿਆਣਾ।